ਸ਼ਹੀਦ ਭਗਤ ਸਿੰਘ ਯੂਥ ਕਲੱਬ ਵੱਲੋਂ ਡੀਸੀ ਸਾਹਿਬ ਜਲੰਧਰ ਦੇ ਨਾਮ ਇੱਕ ਮੰਗ ਪੱਤਰ ਡੀਸੀ ਜਸਬੀਰ ਸਿੰਘ ਨੂੰ ਸੌਂਪਿਆ ਗਿਆ, ਜਿਸ ਦੇ ਵਿੱਚ ਮੰਗ ਕੀਤੀ ਗਈ ਡਿਪਸ ਕਾਲਜ ਦੀ ਮੈਨੇਜਮੈਂਟ ਵੱਲੋਂ ਆਏ ਦਿਨ ਵਿਦਿਆਰਥੀਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਅਜਿਹੇ ਕਾਲਜਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਬੱਗਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡਿਪਸ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਿੱਚ ਹੋਟਲ ਮੈਨੇਜਮੈਂਟ ਦਾ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਡਿਪਸ ਮੈਨੇਜਮੈਂਟ ਵੱਲੋਂ ਭਾਰੀ ਫੀਸਾਂ ਮੰਗ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਬੱਗਾ ਨੇ ਕਿਹਾ ਕਿ ਸਾਡੇ ਕਲੱਬ ਕੋਲ SC ਤੇ BC ਪਰਿਵਾਰਾਂ ਨਾਲ ਸੰਬੰਧਿਤ ਜੋ ਵਿਦਿਆਰਥੀ ਮਦਦ ਦੀ ਗੁਹਾਰ ਲੈ ਕੇ ਆਏ ਹਨ, ਉਹਨਾਂ ਦੱਸਿਆ ਕਿ ਸਾਨੂੰ ਦਾਖਲਾ ਲੈਣ ਸਮੇਂ ਇਹ ਕਿਹਾ ਗਿਆ ਸੀ ਕਿ ਤੁਸੀਂ ਸਾਲ ਵਿੱਚ ਸਿਰਫ 2500 ਰੁਪਏ ਹੀ ਦੇਣੇ ਹੈ, ਬਾਕੀ ਦੇ ਰੁਪਏ ਕਾਲਜ ਮੈਨੇਜਮੈਂਟ ਵੱਲੋਂ ਸਰਕਾਰ ਵੱਲੋਂ ਮਿਲਣ ਵਾਲੀ ਸਕਾਲਰਸ਼ਿਪ ਵਜੋਂ ਵਸੂਲ ਕਰੇਗੀ। ਪਰ ਹੁਣ ਜਦ 5ਵੇਂ ਸਮੈਸਟਰ ਦੇ ਪੇਪਰ ਹੋ ਰਹੇ ਹਨ ਤਾਂ ਵਿਦਿਆਰਥੀਆਂ ਕੋਲੋਂ ਮੋਟੀਆਂ ਰਕਮਾਂ ਮੰਗੀਆਂ ਜਾ ਰਹੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਸਵੀਰ ਸਿੰਘ ਬੱਗਾ, ਪ੍ਰਧਾਨ ਸ਼ਹੀਦ ਭਗਤ ਸਿੰਘ ਯੂਥ ਕਲੱਬ ਜਲੰਧਰ। ਅੱਜ ਡਿਪਸ ਕਾਲਜ ਦੇ ਵਿਦਿਆਰਥੀ ਜਿਹੜੇ ਸਾਡੇ ਆਫਿਸ ਦੇ ਵਿੱਚ ਆਏ ਆ, ਜਿਵੇਂ ਕਿ ਅਸੀਂ ਕੱਲ੍ਹ ਵੀ ਇਸੇ ਸੰਬੰਧ ਵਿੱਚ ਕਮਿਸ਼ਨਰ ਸਾਹਿਬ ਜਲੰਧਰ ਨੂੰ ਮਿਲੇ ਸੀਗੇ ਅਤੇ ਉਹਨਾਂ ਨੇ ਕਿਹਾ ਸੀ ਕਿ ਇਹ DC ਸਾਹਿਬ ਨੂੰ ਇਹਦੇ ਬਾਰੇ ਤੁਸੀਂ ਜਿਹੜੀ ਸ਼ਿਕਾਇਤ ਦਿਓ, ਅਤੇ ਅੱਜ ਅਸੀਂ DC ਸਾਹਿਬ ਨੂੰ ਵੀ ਮਿਲੇ ਹਾਂ ਇਸੇ ਸੰਬੰਧ ਦੇ ਵਿੱਚ। ਕਿਉਂਕਿ ਜਿਹੜਾ ਡਿਪਸ ਕਾਲਜ ਦੀ ਮੈਨੇਜਮੈਂਟ ਆ, ਇਹਦੇ ਵਿੱਚ ਇਹਨਾਂ ਵੱਲੋਂ OBC SC BC ਜਿਹੜੇ ਬੱਚੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜਾਂਦਾ ਆ। ਇਹਨਾਂ ਵੱਲੋਂ ਜਿਸ ਟਾਈਮ ਐਡਮਿਸ਼ਨਾਂ ਲਈਆਂ ਗਈਆਂ ਸੀ ਉਸ ਟਾਈਮ ਇਹਨਾਂ ਵੱਲੋਂ ਇਹ ਭਰੋਸਾ ਬੱਚਿਆਂ ਨੂੰ ਜਿਹੜਾ ਦਵਾਇਆ ਗਿਆ ਸੀਗਾ, ਜਿੰਨੇ ਵਿਦਿਆਰਥੀ SC ਜਾਂ BC ਹੈ, ਕਿ ਤੁਹਾਨੂੰ ਸਿਰਫ ਅਤੇ ਸਿਰਫ ਜਿਹੜਾ 2500 ਰੁਪਈਆ ਸਾਲ ਦਾ ਜਿਹੜਾ ਜਮ੍ਹਾਂ ਕਰਵਾਉਣਾ ਪਊਗਾ, ਬਾਕੀ ਜੋ ਵੀ ਸੈਂਟਰ ਗੌਰਮੈਂਟ ਵੱਲੋਂ ਜਿਹੜੀ ਸਕਾਲਰਸ਼ਿਪ ਆਊਗੀ ਉਹਦੇ ਵਿੱਚੋਂ ਅਸੀਂ ਜਿਹੜੇ ਪੈਸੇ ਬਾਕੀ ਵਸੂਲ ਕਰਾਂਗੇ। ਪਰ ਹੁਣ ਇਹ ਜਦੋਂ 3 ਸਾਲ ਪੂਰੇ ਹੋ ਗਏ, 5ਵੇਂ ਸਮੈਸਟਰ ਦੇ ਜਿਹੜੇ ਪੇਪਰ ਜਦੋਂ ਚੱਲ ਰਹੇ ਆ, ਅਤੇ ਉਹਦੇ ਵਿੱਚ ਇਹ ਬੱਚਿਆਂ ਨੂੰ ਇਸ ਤਰ੍ਹਾਂ ਪਰੇਸ਼ਾਨ ਕਰ ਰਹੇ ਆ, ਬੱਚੇ ਜਿਹੜੇ ਡਿਪਰੈਸ਼ਨ ਦੇ ਵਿੱਚ ਆ, ਉਹਨਾਂ ਕੋਲੋਂ ਮੋਟੀਆਂ ਰਕਮਾਂ ਦੀ ਜਿਹੜੀ ਮੰਗ ਕੀਤੀ ਜਾ ਰਹੀ ਆ, ਔਰ ਉਹ ਸਟੂਡੈਂਟ ਜਿਹੜੇ ਬਹੁਤ ਪਰੇਸ਼ਾਨ ਆ ਜਿਹੜੇ। ਨਤਾਸ਼ਾ ਸ਼ਰਮਾ ਦੇ ਨਾਲ ਪਰਮਜੀਤ ਸਿੰਘ, ਦਿਵਿਆ ਪੰਜਾਬ TV, ਜਲੰਧਰ।